सत श्री अकाल जी। पंजाब मेल यूएसए टीवी देखने वाले सारे दर्शकों का असी बहुत बहुत स्वागत करते हैं प्रोग्राम पंजाब चर्चा च। मैं हाँ कमलप्रीत सिंह। दोस्तों तुसी जानते हो कि पंजाब मेल दे इस प्रोग्राम पंजाब चर्चा दे विच असी हमेशा पंजाब दे बहुत सारे राजनीतिक समाजिक ते आर्थिक मुद्दे की गलबात करते हैं और अज भी असी पंजाब दा उही विशा लैके हाजिर होए हैं जिहड़ा विशा बड़े बहुत दिनों तो बहुत सारे महीनों तो कह लो तुसी कि चर्चा का विशा बनया होया है। ये तीन खेती ऑर्डीनेंस कहा जाता सी कवियों वालों के इहदा रंग संदूरी है, ये गोरी चिट्टी है, इहनू मैली ना करना, मेरे पंजाब की मिट्टी है। पर यह मिट्टी किन्नी कु मैली हो चुकी है और इहो जे बिल्लां दे नाल इहदा जिहड़ा रंग है होर किन्ना कु ज़्यादा मैला होएगा, इहदे बारे अज असीं विचार चर्चा करांगे। और विचार चर्चा करन दे लई साडे नाल इस वक्त स्टूडियो दे विच स्काइप दे उत्ते मौजूद ने डॉक्टर प्यारालाल गर्ग जी, जिहड़े कि साबका रजिस्ट्रार बाबा फरीद यूनिवर्सिटी ऑफ हैल्थ साइंसिज और मौजूदा डीन ने मैडिकल फैकल्टी पंजाब यूनिवर्सिटी चंडीगढ़ दे। सर बहुत बहुत स्वागत है जी तुहाडा प्रोग्राम दे विच। शुक्रिया जी बहुत बहुत जी। डॉक्टर साहब जिवें कि आपां जिक्र कीता और तुसीं वी इहदे बारे बहुत कुछ लिखिया अखबारां दे विच, बहुत सारे स्टेजस दे उत्ते तुसीं इह गल्लां दसदे रहे हो कि इह तीन जिहड़े खेती ऑर्डीनेंस आए ने बहुत दिनां तों सारे चैनलां दे उत्ते इक विचार चर्चा दा विशा बनिया होया है कि आखिरकार इह ऑर्डीनेंस की ने, लोगों नूं पता लगा इहदे बारे और लोगों ने यह समझिया कि यह पंजाब दे पक्ष विच नहीं हन। पर उहदे बाद धरनियां दा, मुजाहरियां दा, पोलीटिकल पार्टियां दा बहुत कुछ हंगामा भी होया जिहड़ा कि अज तक कदी पहलां नहीं होया सी, लेकिन उहदे बावजूद पंजाब दे इन्ने सारे विरोध दे मगरों भी केंद्र ने इन्हां बिल्लां नूं पास कर दिता, राष्ट्रपति ने इन्हां बिल्लां दे उत्ते अपनी मोहर लगा दित्ती, हस्ताक्षर कर दित्ते। इस वेले जिहड़ी मौजूदा स्थिति है उहनूं लै के तुसीं किस तरह नाल वेखते हो? देखो जित्थों तक इस वेले स्थिति दा सवाल है, इत्थे रोह है पंजाब दे विच जी। बिल दे साइन होण दे बावजूद, एक्ट बन जाण दे तिन्नां दे बावजूद ਇਹ ਰੋਹ ਖਤਮ ਨਹੀਂ ਹੋ ਰਿਹਾ। ਪਹਿਲਾਂ ਅੱਜ ਵੀ ਰੋਕੀਆਂ ਜਾ ਰਹੀਆਂ ਨੇ, ਕੱਲ੍ਹ ਵੀ ਰੋਕੀਆਂ ਜਾ ਰਹੀਆਂ ਸੀ। ਇੱਥੇ ਯੂਥ ਪ੍ਰਦਰਸ਼ਨ ਵੀ ਕਰੀ ਹੈ, ਪਹਿਲੀ ਗੱਲ ਤਾਂ ਇਹ ਐਜੀਟੇਸ਼ਨ ਨਰਮ ਨਹੀਂ ਪਈ ਜੀ। ਇਹ ਇਕੱਲੇ ਪੰਜਾਬ 'ਚ ਨਹੀਂ ਹੋ ਰਹੀ, ਬਾਕੀ ਜਗ੍ਹਾ 'ਤੇ, ਪੰਜਾਬ ਠੀਕ ਹੈ ਸਭ ਤੋਂ ਵੱਡਾ ਇਹਦਾ ਕੇਂਦਰ ਹੈ, ਪਰ ਬਾਕੀ ਜਗ੍ਹਾ 'ਤੇ ਵੀ ਹੋ ਰਹੀ ਹੈ। ਬਿਹਾਰ 'ਚ ਦੇਖ ਲਓ ਜਿੱਥੇ ਚੋਣ ਵੀ ਹੋ ਰਹੀ ਹੈ ਉੱਥੇ ਵੀ ਹੋ ਰਹੀ ਹੈ, ਮੱਧ ਪ੍ਰਦੇਸ਼ 'ਚ ਵੀ ਹੋ ਰਹੀ ਹੈ, ਰਾਜਸਥਾਨ 'ਚ ਵੀ ਹੋ ਰਹੀ ਹੈ, ਹਰਿਆਣੇ 'ਚ ਵੀ ਹੋ ਰਹੀ ਹੈ, ਯੂਪੀ 'ਚ ਵੀ ਹੋ ਰਹੀ ਹੈ, ਸੋ ਮਹਾਰਾਸ਼ਟਰ 'ਚ ਵੀ ਹੋ ਰਹੀ ਹੈ। ਸੋ ਕਿਸਾਨ ਦੁਖੀ ਹੈ ਅਤੇ ਪੰਜਾਬ ਦਾ ਕਿਸਾਨ ਕੁਝ ਜ਼ਿਆਦਾ ਦੁਖੀ ਆ ਉਹਦੇ 'ਚ ਮੈਂ ਬਾਅਦ 'ਚ। ਸੋ ਪਹਿਲੀ ਗੱਲ ਤਾਂ ਇਹ ਹੈ ਵੀ ਅੱਜ ਦੀ ਸਥਿਤੀ ਇਹ ਹੈ ਕਿ ਸਰਕਾਰ ਆਪਦੇ ਵੱਲੋਂ ਆਪਣਾ ਬੜਾ ਬੋਲਡ ਫੇਸ ਵੀ, ਅਸੀਂ ਤਾਂ ਜੀ ਜੋ ਕਰਨਾ ਸੀ ਕਰਤਾ, ਉਹਦੇ ਉੱਤੇ ਕੀ ਹੈ, ਪਰ ਪੰਜਾਬੀ ਉਹਦੇ ਥੱਲੇ, ਉਹਦੇ ਸਾਹਮਣੇ ਜਾਂ ਕਿਸਾਨ ਉਹਦੇ ਸਾਹਮਣੇ ਜਿਹੜੀ ਪਬਲਿਕ ਐਜੀਟੇਟ ਕਰ ਰਹੀ ਹੈ, ਜਿਹੜੇ ਰੋਸ ਪ੍ਰਗਟ ਕਰਨ ਵਾਲੇ ਉਹਦੇ ਸਾਹਮਣੇ ਝੁੱਕ ਨਹੀਂ ਰਹੇ, ਇੱਕ ਤਾਂ ਇਹ ਹੈ। ਦੂਜੀ ਸਥਿਤੀ ਅੱਜ ਇਹ ਹੈ ਕਿ ਜਿਹੜੇ ਰੋਸ ਪ੍ਰਗਟ ਕਰਨ ਵਾਲੇ ਉਹ ਸ਼ਾਂਤਮਈ ਕਰ ਰਹੇ, ਉਹ ਬਹੁਤ ਹੀ ਸ਼ਾਂਤਮਈ ਹੋਣ ਕਾਰਨ ਉਹਦੇ ਵਿੱਚ ਸਰਕਾਰ ਛੇਤੀ ਡੰਡਾ ਨਹੀਂ ਚਲਾ ਸਕਦੀ। ਜਦਕਿ ਕਈ ਜਗ੍ਹਾ 'ਤੇ ਪੋਲੀਟੀਕਲ ਪਾਰਟੀਆਂ ਨੇ ਕੋਸ਼ਿਸ਼ ਕਰੀ ਹੈ ਵੀ ਕਿਤੇ ਟਰੈਕਟਰ ਨੂੰ ਅੱਗ ਲਾਤੀ, ਕਿਤੇ ਫਿਰ ਦੂਜਿਆਂ ਨੇ ਰਿਸੋਰਸ ਦੂਜੇ ਪਾਸੇ ਲਾਤੀ, ਇਹਨਾਂ ਪਾਰਟੀ ਜਿਹੜੇ ਐਜੀਟੇਟਰ ਨੇ ਜੀ, ਔਰਤਾਂ ਨੇ ਜੀ, 'ਚ ਨੌਜਵਾਨ ਨੇ ਜੀ, 'ਚ ਕਿਸਾਨ ਨੇ ਜੀ, 'ਚ ਈਵਨ ਵਪਾਰੀ ਉਹਨਾਂ ਦੀ ਸਪੋਰਟ ਕਰ ਰਹੇ ਨੇ, ਟਰੇਡ ਯੂਨੀਅਨਾਂ ਉਹਨਾਂ ਦੀ ਸਪੋਰਟ ਕਰ ਰਹੀਆਂ ਨੇ, ਉਹਦੇ ਵਿੱਚ ਆ ਜਿਹੜੇ ਟੀਚਰਸ ਨੇ ਜੀ, IAS ਅਫਸਰ ਨੇ, ਡਾਕਟਰਸ ਨੇ, ਮਤਲਬ ਹਰ ਸੈਕਸ਼ਨ ਸਮਾਜ ਦਾ ਉਹਨਾਂ ਦੇ ਸਮਰਥਨ 'ਚ ਹੈ। ਬਿਲਕੁਲ ਕਰਕੇ ਇਹ ਐਜੀਟੇਸ਼ਨ ਦਾ ਅੱਜ ਦਾ ਸਟੇਟਸ ਇਹ ਹੈ, ਜੋ ਆਪ ਜੀ ਦਾ ਸਵਾਲ ਹੈ ਕਿ ਐਜੀਟੇਸ਼ਨ ਇਹ ਮਿੱਠੀ ਨਹੀਂ ਪੈ ਰਹੀ ਬਲਕਿ ਮਾਘ ਰਹੀ ਹੈ ਜੀ। ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕਰਕੇ ਵੀ ਇਹੀ ਫੈਸਲੇ ਕਰੇ ਨੇ ਜੀ। ਡਾਕਟਰ ਸਾਹਿਬ ਇਹ ਜਿੰਨੇ ਵੀ ਮਾਮਲੇ ਭਖ ਰਹੇ ਨੇ, ਯਾਨੀ ਕਿ ਹਰ ਪੰਜਾਬੀ ਦੇ ਦਿਲ ਨੂੰ ਇਹਦੀ ਜਿਹੜੀ ਢਾਲ ਲੱਗ ਰਹੀ ਹੈ, ਉਹ ਦਰਦ ਮਹਿਸੂਸ ਕਰ ਰਿਹਾ ਹੈ। ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹ ਵੱਖਰੇ ਵੱਖਰੇ ਮੰਚਾਂ ਦੇ ਉੱਤੇ ਬਹੁਤ ਸਾਰਾ ਪ੍ਰਚਾਰ ਕਰ ਰਹੀਆਂ ਨੇ। ਜੇਕਰ ਅਸੀਂ ਅਕਾਲੀ ਦਲ ਦੀ ਗੱਲ ਕਰਦੇ ਹਾਂ ਤਾਂ ਉਹ ਆਪਣੀ ਇੱਕ ਮਹਾਨਤਾ ਇਸ ਗੱਲ ਤੋਂ ਜ਼ਾਹਿਰ ਕਰ ਰਿਹਾ ਕਿ ਉਹਨਾਂ ਨੇ ਕੇਂਦਰ ਦੀ ਸੀਟ ਵੀ ਛੱਡ ਦਿੱਤੀ ਔਰ ਪੰਜਾਬ ਦੇ ਕਿਸਾਨਾਂ ਦਾ ਸਾਥ ਦੇ ਰਹੀ ਹੈ। ਦੂਜੇ ਪਾਸੇ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਉਹ ਇਹਨੂੰ ਢਕੋਸਲਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਨਾਲ ਹੀ ਨਾਲ ਇਹ ਕਹਿ ਰਹੀ ਹੈ ਕਿ ਅਕਾਲੀਆਂ ਨੇ ਪੰਜਾਬ ਦੇ ਨਾਲ ਧੋਖਾ ਕੀਤਾ। ਇਹਨਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਉੱਤੇ ਤੁਸੀਂ ਕੀ ਸੋਚਦੇ ਹੋ ਕਿ ਜੇਕਰ ਸਾਰੀਆਂ ਪਾਰਟੀਆਂ ਨੂੰ ਇਸ ਚੀਜ਼ ਦਾ ਦੁੱਖ ਹੈ ਤਾਂ ਆਖਿਰਕਾਰ ਸਿਰਫ ਕਿਸਾਨ ਹੀ ਇਸ ਵਕਤ ਕਿਉਂ ਦੁਖੀ ਹੈ, ਉਹਦਾ ਹੱਲ ਕਿਸ ਤਰ੍ਹਾਂ ਹੋਏਗਾ? ਅਤੇ ਇਸ ਵਕਤ ਕੋਰਟ ਦੇ ਵਿੱਚ ਵੀ ਕੇਸ ਚਲਾ ਗਿਆ, ਕੋਰਟ ਦੇ ਵਿੱਚ ਕੇਸ ਜਾਣ ਦੇ ਬਾਅਦ ਕੀ ਸਥਿਤੀ ਪੈਦਾ ਹੋਏਗੀ, ਕੀ ਇਹ ਬਿੱਲ ਵਾਪਸ ਹੋ ਜਾਏਗਾ? ਦੇਖੋ ਗੱਲ ਇਹ ਹੈ ਵੀ ਜਿੱਥੋਂ ਤੱਕ ਸਵਾਲ ਹੈ ਬਿੱਲ ਵਾਪਸ ਹੋਣ ਦਾ ਜੀ, ਤਾਂ ਕਦੇ ਵੀ ਕਾਨੂੰਨ ਹੈ ਤਾਂ ਤਖ਼ਤ 'ਤੇ ਤਾਜ ਉਲਟ ਜਾਂਦੇ ਨੇ ਸੰਸਾਰ ਦੇ ਵਿੱਚ। ਸੋ ਇਹ ਜਦ ਲੋਕਾਂ ਦਾ ਰੋਹ ਹੁੰਦਾ, ਲੋਕ ਇਕੱਠ ਹੁੰਦਾ, ਉਦੋਂ ਇਹ
सब कुछ ही हो सकता हुंदा, सब कुछ संभव हुंदा है, और उस संभव नूं कोई रोक नहीं सकदा हुंदा। पर जिहड़ा जिहदा वड्डा दूजा वड्डा सवाल है कि सियासी पार्टियां की कर रहियां ने जी। सानूं पता है साडा सिस्टम सियासत दा है, सॉरी दुनिया च सियासी पार्टियां दा कम है, पर साडे इत्थे सियासी पार्टियां मैं कहांगा व्यापारी ते दरबारी बन गईआं जी। व्यापार करदियां ने, परिवारवाद दियां शिकार ने, ते ओह इस करके दरबारी ने क्योंकि व्यापार तों डरदे वी व्यापार पिछे ना जा पावे, जिहड़ा उहदे मन जिहड़े परिवारवाद तों बाहर ना निकल जाए। सो उहदे वास्ते ओह मुद्दे लैण दी बजाए पहली गल तां जिथे किते एजीटेशन होंदा उहदे विच कुदना उहनां दी मजबूरी हुंदी है, उत्थों चाह लैणा चाहुंदियां ने। ਜੇ ਜਿਹੜੀ ਐਜੂਕੇਸ਼ਨ ਹੈ ਇਹ ਕਿਸਾਨਾਂ ਨੇ, ਮਜ਼ਦੂਰਾਂ ਨੇ, ਵਪਾਰੀਆਂ ਨੇ ਸ਼ੁਰੂ ਕਰੀ ਸੀ, ਤਿੰਨ ਦੋ ਮਹੀਨੇ ਚਾਹੀਏ ਜਿੱਦਣ ਦੇ ਆਰਡੀਨੈਂਸ ਬਣੇ ਸੀਗੇ, ਪਰ ਹੁਣ ਆਏ ਨੇ ਜੀ। ਜਿਹੜੀ ਰੂਲਿੰਗ ਪਾਰਟੀ ਉਹਨੇ ਤਾਂ ਜ਼ਰੂਰ ਆਰਡੀਨੈਂਸਾਂ ਦੇ ਖਿਲਾਫ਼ ਵੀ ਮਤਾ ਪਾਸ ਕਰਿਆ, ਪਰ ਅਕਾਲੀ ਦਲ ਤਾਂ ਬਾਹਰ ਰਿਹਾ ਉੱਥੋਂ ਵੀ। ਅਤੇ ਦੂਜੀ ਗੱਲ ਇਹ ਹੈ ਵੀ ਇਹ ਪਾਰਟੀਆਂ ਯੂ ਪੀ 'ਚ ਹੈ, ਐਨ ਡੀ ਏ ਦੀਆਂ ਪਾਰਟੀਆਂ, ਹੁਣ ਇਹਨਾਂ ਨੇ ਕਦੇ ਕਿਸਾਨ ਦੇ ਹਿੱਤ 'ਚ ਤਾਂ ਬਹੁਤੀ ਗੱਲ ਕਰੀ ਨਹੀਂ। ਇੱਕ ਨੇ ਥੋੜ੍ਹੀ ਘੱਟ ਕਰੀ ਹੋਊ ਮਤਲਬ ਜਾਤੀ, ਦੂਜੇ ਨੇ ਜਾਤੀ ਥੋੜ੍ਹੀ ਜ਼ਿਆਦਾ ਕਰ ਲਈ ਹੋਊਗੀ। ਪੰਜਾਬ ਦੇ ਅਸੀਂ ਗੱਲ ਕਰੀਏ ਜੇ, ਪੰਜਾਬ ਦਾ ਕਿਸਾਨ ਕਿਉਂ ਜ਼ਿਆਦਾ ਚਿੰਤਤ ਹੈ ਵੀ ਇਹਨਾਂ ਪਾਰਟੀਆਂ ਨੇ ਪੰਜਾਬ ਨਾਲ ਕਦੇ ਇਨਸਾਫ਼ ਹੀ ਨਹੀਂ ਹੋਣ ਦਿੱਤਾ। ਅਸੀਂ ਦੇਖੀਏ ਪੰਜਾਬ ਦੀਆਂ ਸਾਰੀਆਂ ਪੀੜ੍ਹੀਆਂ ਦੀ ਜਿਹੜੀ ਸਾਡੀ ਜਵਾਨੀ ਹੈ, ਇਹਨਾਂ ਨੇ ਇੱਦਾਂ ਦੇ ਕਾਨੂੰਨ ਲਿਆ ਕੇ, ਪਹਿਲਾਂ ਕਹਿਰੋਂ ਲਿਆਏ ਸੀਗੇ ਬੈਟਰਮੈਂਟ ਲੇਵੀ ਦਾ, ਉਦੋਂ ਬਹੁਤ ਵੱਡੀ ਐਜੀਟੇਸ਼ਨ ਹੋਈ। ਕਹਿਰੋਂ ਵਰਗੇ ਮੁੱਖ ਮੰਤਰੀ ਜਿਹੜਾ ਸਭ ਤੋਂ ਤਕੜਾ ਮੁੱਖ ਮੰਤਰੀ ਸੀ, ਔਰ ਇਹਨਾਂ ਨੂੰ ਕਈ ਗੁਣਾ ਸਿਆਣਾ ਵੀ ਸੀ ਅਤੇ ਵਿਕਾਸ 'ਚ ਵੀ ਯਕੀਨ ਰੱਖਦਾ ਸੀ, ਉਹਨੂੰ ਵੀ ਝੁਕਣਾ ਪਿਆ ਸੀ। ਉਦੋਂ ਨਾਰਾ ਲੱਗਦਾ ਹੁੰਦਾ ਪੀਪਾ 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 ਕਹਿਰੋਂ ਹੋ ਤਕੜਾ, ਹੁਣ ਰਾਜ ਗੁਰੂ ਸੁਰਜੀਤਾ। ਉਹਨੇ ਸਾਡੇ ਪਿੰਡਾਂ ਦੇ ਵਿੱਚ, ਮੈਨੂੰ ਪਤਾ ਮੈਂ ਪਾਰਟੀਸਪੇਟ ਕਰਿਆ ਉਸ ਅੰਦੋਲਨ 'ਚ, ਪਿੰਡਾਂ ਦੇ ਵਿੱਚ ਕੁਰਕੀ ਕਰਨ ਵਾਲਿਆਂ ਨੂੰ ਅਸੀਂ ਤਹਿਸੀਲਦਾਰਾਂ ਨੂੰ ਭਜਾਤਾ ਸੀ, ਕੁਰਕੀ ਨਹੀਂ ਹੋਣ ਦਿੱਤੀ ਸੀ। ਉਹ ਵੀ ਅੰਦੋਲਨ ਦੇਖਿਆ ਸੀ, ਫਿਰ ਅਸੀਂ ਪੰਜਾਬੀ ਸੂਬੇ ਦਾ ਅੰਦੋਲਨ ਵੀ ਦੇਖਿਆ, ਫਿਰ ਅਸੀਂ ਐਮਰਜੈਂਸੀ ਦੇ ਖਿਲਾਫ਼ ਵੀ ਅੰਦੋਲਨ ਦੇਖਿਆ, ਫਿਰ ਅਸੀਂ 84 ਵਾਲਾ ਹਾਲ ਵੀ ਦੇਖਿਆ। ਸੋ ਇਹਨਾਂ ਪਾਰਟੀਆਂ ਨੇ ਕੀ ਕਰਿਆ, ਇਹਨਾਂ ਪਾਰਟੀਆਂ ਨੇ ਸਾਡੀ ਜਵਾਨੀ ਇੱਕ ਪੀੜ੍ਹੀ ਅੱਤਵਾਦੀ ਕਹਿ ਕੇ ਮਰਵਾਤੀ, ਉਦੋਂ ਪਹਿਲਾਂ ਇੱਕ ਪੀੜ੍ਹੀ ਨਕਸਲਾਈਟ ਕਹਿ ਕੇ ਮਾਰੀ, ਨੌਜਵਾਨ ਖਤਮ ਕਰਿਆ, ਹੁਣ ਉਹ 'ਚ ਲੀਡਰਸ਼ਿਪ ਆਉਣੀ ਸੀ ਨਾ, ਜੀ ਅੱਤਵਾਦੀ ਕਹਿ ਕੇ ਮਾਰਤੀ, ਤੀਜੀ ਨਸ਼ੇੜੀ ਕਹਿ ਕੇ ਮਾਰਤੀ। ਬਿਲਕੁਲ, ਤੁਸੀਂ ਦੇਖੋ ਵੀ ਸਾਡੀਆਂ ਜਿਸ ਜਿਸ ਸੂਬੇ ਦੀਆਂ ਤਿੰਨ ਪੀੜ੍ਹੀਆਂ, ਔਰ ਉਹ ਬਹੁਤਾ ਕਿਸਾਨੀ 'ਚੋਂ ਆਏ ਸੀਗੇ, ਜਿਹੜੇ ਮਾਰੇ ਗਏ ਨੇ ਜ਼ਿਆਦਾ ਕਿਸਾਨੀ 'ਚੋਂ ਬੰਦੇ ਮਾਰੇ ਗਏ ਨੇ, ਹੁਣ ਜਿਹੜੀ ਚੌਥੀ ਪੀੜ੍ਹੀ ਆ ਉਹ ਬਾਹਰ ਨੂੰ ਜਾ ਰਹੀ ਹੈ, ਹੁਣ ਉਹ ਆਪ ਕੀ ਕਹਿੰਦੇ ਨੇ ਚਲੇ ਜਾਓ। ਸੋ ਇਹ ਤੋਂ ਆਪਾਂ ਸਮਝ ਲਈਏ ਵੀ ਇਹਨਾਂ ਦਾ ਪੰਜਾਬ ਨਾਲ ਕਿੰਨਾ ਖੇਤ ਹੈ, ਇਹਨਾਂ ਦਾ ਪੰਜਾਬ ਨਾਲ ਹਿੱਤ ਨਹੀਂ ਹੈ। ਅੱਛਾ ਡਾਕਟਰ ਸਾਹਿਬ, ਡਾਕਟਰ ਸਾਹਿਬ ਮੈਂ ਤੁਹਾਨੂੰ ਇੱਥੇ ਵਿੱਚ ਰੋਕ ਰਿਹਾ, ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਜਿਸ ਤਰ੍ਹਾਂ ਨਾਲ ਅਕਾਲੀ ਦਲ ਅਤੇ ਕਾਂਗਰਸ ਜਿਹੜੇ ਕਿ ਇਸ ਵਕਤ ਧਰਨਿਆਂ ਦੇ ਵਿੱਚ ਵੀ ਸ਼ਾਮਿਲ ਨੇ ਔਰ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਆ, ਲੇਕਿਨ ਕੇਂਦਰ ਦੇ ਵਿੱਚ ਬੈਠੀ ਬੀਜੇਪੀ ਸਰਕਾਰ ਵੀ ਜਿਹੜੀ ਹੈ ਉਹ ਇਹ ਕਹਿ ਰਹੀ ਹੈ ਕਿ ਆਪਾਂ ਵੀ ਕਿਸਾਨਾਂ ਦੇ ਨਾਲ ਆ, ਉਹਨਾਂ ਦਾ ਪੱਖ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਬੀਜੇਪੀ ਕਿਸਾਨਾਂ ਦੇ ਲਈ ਕੁਛ ਫਾਇਦੇਮੰਦ ਚੀਜ਼ ਕਰ ਰਹੀ ਹੈ? ਦੇਖੋ ਜਿੱਥੋਂ ਤੱਕ ਸਵਾਲ ਹੈ ਬੀਜੇਪੀ ਦਾ, ਬੀਜੇਪੀ ਦਾ ਤਾਂ ਮੈਨੂੰ ਇੱਕ ਗੱਲ ਦੇ ਉੱਤੇ ਬਲਕਿ ਅਫਸੋਸ ਹੈ ਵੀ ਜਿਹੜੀ ਗੱਲ ਉਹਦੇ 'ਚ ਲਿਖੀ ਹੈ ਉਹਨੂੰ ਤੋਮਰ ਸਾਹਿਬ ਨੇ ਉਲਟਾ ਕੇ ਕਹਿਤਾ। ਮੈਂ ਦੋ ਗੱਲਾਂ ਕਹਾਂਗਾ ਛੋਟੀ ਛੋਟੀਆਂ, ਜਿਵੇਂ ਇੱਕ ਤਾਂ ਇਹ ਪ੍ਰਚਾਰ ਕਰ ਰਹੇ ਨੇ ਜੀ ਅਸੀਂ ਕਿਸਾਨ ਨੂੰ ਜਿੱਥੇ ਮਰਜ਼ੀ ਜਾ ਕੇ ਸਮਾਨ ਵੇਚਦੇ, ਕਿਸਾਨ ਤਾਂ ਪਹਿਲੀ ਪਾਵਰ ਆਪਦਾ ਸਮਾਨ ਵੇਚਣ ਦੀ ਵੀ ਜਾਂ ਚਾਹੇ ਉਹ ਅੰਦਰ ਜਾ ਕੇ ਵੇਚਦੇ, ਹਾਲਾਂਕਿ ਆਪਾਂ ਨੂੰ ਪਤਾ ਕਿਸਾਨ ਵਿਚਾਰਾ ਕਿੱਥੇ ਲੱਦ ਕੇ ਜਾਏਗਾ, ਕਿੱਥੇ ਲਾਇਆ ਜਾਏਗਾ। ਇਹ ਮੁਕਤ ਕਰੇ ਵਪਾਰੀ ਨੂੰ, ਪਹਿਲਾਂ ਵਪਾਰੀ ਨੂੰ ਉਸ ਮੰਡੀ 'ਚ ਆ ਕੇ ਖਰੀਦਣਾ ਪੈਂਦਾ ਸੀ, ਉੱਥੇ ਤਾਂ ਲਾਇਸੈਂਸ ਲੈਣਾ ਪੈਂਦਾ ਸੀ, ਹੁਣ ਉਹ ਵੱਡੇ ਵਪਾਰੀ ਨੂੰ ਮੁਕਤ ਕਰਤਾ, ਤੂੰ ਜਿੱਥੋਂ ਮਰਜ਼ੀ ਖਰੀਦ ਲੈ, ਪੈਨ ਕਾਰਡ ਦਿਖਾ ਕੇ ਖਰੀਦ ਲੈ। ਸੋ ਮੁਕਤ ਵਪਾਰੀ ਨੂੰ ਕਰਿਆ ਨਾ ਕਿ ਕਿਸਾਨ ਨੂੰ, ਇਹਨੇ ਉਲਟਾ ਨੇ ਕਿ ਅਸੀਂ ਕਿਸਾਨ ਨੂੰ ਕਰਿਆ। ਇੱਕ ਦੂਜਾ ਕੀ ਕਰਿਆ, ਦੂਜਾ ਇਹ ਕਹਿੰਦੇ ਨੇ ਕਿ ਜੀ ਅਸੀਂ ਕਿਸਾਨ ਦੇ ਉੱਤੇ ਤਾਂ ਕੋਈ ਸ਼ਰਤ ਨਹੀਂ ਲਾਈ ਕੁਆਲਿਟੀ ਦੀ, ਅਸੀਂ ਲਾਈ ਹੈ ਵਪਾਰੀ 'ਤੇ। ਗਲਤ ਹੈ, ਤੋਮਰ ਸਾਹਿਬ ਦਾ ਬਿਆਨ ਹੈ, ਉਹਦੇ ਵਿੱਚ ਹੀ ਲਿਖਿਆ ਹੈ ਕਿ ਕਿਸਾਨ ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸ ਕਰੇਗਾ, ਕਿਸਾਨ ਸਟੈਂਡਰਡ ਮੇਨਟੇਨ ਕਰੇਗਾ, ਕੁਆਲਿਟੀ ਮੇਨਟੇਨ ਕਰੇਗਾ। ਜੇ ਜਿਹੜਾ ਖਰੀਦਦਾਰ ਹੈ ਉਹ ਪ੍ਰੋਡਿਊਸਰ ਤੋਂ ਚੀਜ਼ ਲੈਣ ਤੋਂ ਨਾ ਕਰਦਾ ਠੇਕਾ ਹੋਣ ਦੇ ਬਾਵਜੂਦ ਕਿ ਜੀ ਤੇਰੀ ਕੁਆਲਿਟੀ ਮਾੜੀ ਹੈ, ਤਾਂ ਕਿਸਾਨ ਕੋਲ ਇਹ ਅਲਟਰਨੇਟਿਵ ਹੈ ਕਿ ਉਹ ਮਾੜੀ ਕੁਆਲਿਟੀ ਦਾ ਫੈਸਲਾ ਤੀਜੇ ਸਾਲ ਸਪੋਰਟ ਜਾ ਕੇ ਕਰਾ ਲਏ। ਹੁਣ ਤੁਸੀਂ ਇਸ ਹਿਸਾਬ ਲਾ ਲਓ ਵੀ ਬੰਦਾ ਕਹਿੰਦੇ ਅੱਜ ਜੇ ਉਹਦੀ ਕਣਕ ਜਾਂਦੀ ਹੈ ਮੰਡੀ 'ਚ, ਝੋਨਾ ਜਾਂਦਾ, ਸਲਾਬ ਹੈ, ਉਹ ਬਦਰੰਗ ਹੋਇਆ, ਉਹਦੀ ਮਾੜੀ ਮੋਟੀ ਕੋਈ ਹੋਰ ਗੜਬੜ ਹੈ, ਉਹ ਥੋੜ੍ਹਾ ਕਿੰਨਾ ਕੱਟ ਲਾ ਕੇ ਵਿਕ ਜਾਂਦਾ, ਕਿਸਾਨ ਨੂੰ ਵਾਪਸ ਨਹੀਂ ਲਿਆਉਣਾ ਪੈਂਦਾ, ਕਿਸਾਨ ਭੁੱਖਾ ਨਹੀਂ ਮਰਦਾ ਉਸ ਤਰੀਕੇ ਨਾਲ, ਉਹਨੇ ਤਾਂ ਵਪਾਰੀ ਦੀ ਮਰਜ਼ੀ ਹੈ ਨਾ। ਹੁਣ ਇੱਕ ਨਵੀਂ ਗੱਲ ਦਿੱਤੀ ਜਾ ਰਹੀ ਹੈ, ਇਹ ਸਾਰੀਆਂ ਪਾਰਟੀਆਂ ਉਹਨਾਂ ਨੂੰ ਕਨਫਿਊਜ਼ ਕਰਦੀਆਂ ਨੇ। ਆਰਡੀਨੈਂਸ ਵਾਪਸ ਲੈਣ ਦੀ ਬਜਾਏ ਕਹਿਣਾ ਸ਼ੁਰੂ ਕਰਤਾ ਵੀ ਆਰਡੀਨੈਂਸ ਪਾਸ ਹੋ ਗਏ ਜੀ, ਆਪਾਂ ਇਹਦੇ 'ਤੇ ਕੁਛ ਕਰ ਨਹੀਂ ਸਕਦੇ, ਹੁਣ ਆਪਾਂ ਇਹਦਾ ਅਲਟਰਨੇਟਿਵ ਮੰਗੀਏ। ਅਲਟਰਨੇਟਿਵ ਕੀ ਕਹਿੰਦੇ, MSP ਇਨਸ਼ੋਰ ਕਰ ਦਿਓ ਜੀ, ਚੀਜ਼ ਇਨਸ਼ੋਰ ਕਰ ਦਿਓ ਜੀ। ਹੁਣ ਜੇ ਇਹ ਜਿਹੜੀਆਂ ਪਾਰਟੀਆਂ ਮੌਜੂਦਾ ਸਥਿਤੀ ਹੈ ਜੋ ਆਪ ਜੀ ਨੇ ਪਹਿਲਾਂ ਵੀ ਸਵਾਲ ਕਰੇ ਸੀ ਉਹਦੇ ਵਿੱਚ ਹੀ ਇਹ ਜੁੜਿਆ ਹੋਇਆ ਹੈ, ਕਿਉਂਕਿ ਪੋਲੀਟੀਕਲ ਪਾਰਟੀਆਂ ਦੀ ਗੱਲ ਹੋਣ ਆਈ ਹੈ। ਜੇ MSP ਅੱਜ ਇਨਸ਼ੋਰ ਕਰ ਵੀ ਦਿੰਦੇ ਨੇ, ਆਪਾਂ ਮੰਨ ਲਓ MSP ਇਨਸ਼ੋਰ ਕਰਤੀ, ਪਰਚੇਜ਼ ਵੀ ਇਨਸ਼ੋਰ ਕਰਤੀ, 23 ਫਸਲਾਂ ਦੀ MSP ਪਹਿਲਾਂ ਹੀ ਹੈਗੀ ਹੈ, ਉਹ 'ਚ ਕਣਕ ਝੋਨੇ ਦੀ ਮਿਲ ਰਹੀ ਹੈ, ਆਹ 1850 ਵਾਲੀ 600 ਤੋਂ 800 'ਚ ਵਿਕ ਰਹੀ ਹੈ।
ਐਸਪੀ ਤਾਂ ਹੈਗੀ ਆ, ਲਿਖੀ ਹੋਈ ਆ, ਇੱਥੇ ਤਾਂ ਲਿਖੀ ਵੀ ਨਹੀਂ ਹੋਈ ਨਾ ਜੇ ਪੀਡੀਐਨ ਵਿੱਚ। ਅਗਲੀ ਗੱਲ ਇਨਸ਼ੋਰ ਕਰਤੀ, ਜੇ ਮੰਡੀਕਰਨ ਟੁੱਟ ਗਿਆ, ਜੇ ਸ਼ੈਂਸ਼ਰ ਵਸਤਾਂ ਦਾ ਕਾਨੂੰਨ ਦੇ ਵਿੱਚ ਜਿਹੜਾ ਤਰਮੀਮ ਆ ਉੱਦਾਂ ਹੀ ਰਹਿੰਦੀ ਹੈ, ਜੇ ਠੇਕਾ ਖੇਤੀ ਉੱਦਾਂ ਹੀ ਰਹਿੰਦੀ ਹੈ, ਤਾਂ ਉਹ ਜਿਹੜਾ ਵਪਾਰੀ ਹੈ, ਵਪਾਰੀ ਪੈਨ ਕਾਰਡ 'ਤੇ ਮਾਲ ਖਰੀਦ ਸਕਦਾ ਜੀ। ਵਪਾਰੀਆਂ ਤੁਸੀਂ ਮਾਲ ਵੇਚਣਾ, ਮੈਂ ਤੁਹਾਨੂੰ ਮੈਨੂੰ ਪਬਲਿਕ ਕੋਲ ਜਾਣ ਦੀ ਲੋੜ ਨਹੀਂ, ਮੈਂ ਤੁਹਾਨੂੰ ਕਹੂੰ ਕਿ ਜੀ ਜਿੰਨੀ ਐਮ ਐਸ ਪੀ ਆ ਉਦੋਂ 10% ਵੱਧ ਲੈ ਲਓ, ਚਾਹੇ ਕੁਆਲਿਟੀ ਦਾ ਮਾਲ ਦੇ ਜੋ ਜੀ। ਮੈਂ ਤੁਹਾਨੂੰ ਐਮ ਐਸ ਪੀ ਵੱਧ ਦਾ ਆਪਦਾ ਪੂਰਾ ਰਾਗ ਲਾਪ ਕੇ ਤੁਹਾਡੀ ਕੁਆਲਿਟੀ 'ਤੇ, ਅਰ ਮੈਨੂੰ ਕੋਈ ਕੋਰਟ, ਮੈਨੂੰ ਕੋਈ ਆਮ ਆਦਮੀ, ਕੋਈ ਇਕੱਠੇ ਹੋ ਜਾਣ, ਮੇਰੇ ਰਿਸ਼ਤੇਦਾਰ ਵੀ ਇਕੱਠੇ ਹੋ ਜਾਣ ਤੁਹਾਡੇ, ਉਹ ਵੀ ਨਹੀਂ ਫਿਰ ਕਹਿੰਗੇ ਯਾਰ ਕੁਆਲਿਟੀ ਤਾਂ ਫਿਰ ਚਾਹੀਦੀ ਹੋਈ ਹੈ ਨਾ, ਮਾੜਾ ਮਾੜਾ ਕੱਢ ਲਓ ਕੋਈ। ਸੋ ਮੇਰੀ ਕੁਆਲਿਟੀ 'ਤੇ ਨੁਕਸ ਉਹਨੇ ਕੱਢ ਦੇਣਾ, ਕਿਉਂਕਿ ਉਹਨੇ ਕਹਿਣਾ ਤੁਸੀਂ ਤੁਹਾਡੀ ਤਾਂ ਖਾਦ ਹੀ ਮਾੜੀ ਪਾਈ ਸੀ ਜੀ, ਤੁਸੀਂ ਤਾਂ ਬੀਜੀ ਮਾੜੀ। ਇੱਥੇ ਹੋਇਆ ਪੰਜਾਬ ਨਾਲ, ਪੰਜਾਬ ਨੂੰ ਇਸ ਗੱਲ ਦਾ ਤਜਰਬਾ ਹੈ। ਮਿਰਚਾਂ, ਆਲੂ ਅਤੇ ਟਮਾਟਰ ਪੈਪਸੀ ਨੇ ਭਿਜਵਾਏ ਸੀ, ਲੋਕਾਂ ਨੂੰ ਨਾਲਿਆਂ 'ਚ ਸੁੱਟਣੇ ਪਏ ਸੀ, ਅੰਮ੍ਰਿਤਸਰ ਕੇ ਹਰਿਆਣਾ ਟ੍ਰੇਨ ਹੈ ਉਹ ਸੁੱਟੇ। ਇਸ ਕਰਕੇ ਸਾਡਾ ਇਹ ਤਜਰਬਾ ਪੰਜਾਬੀਆਂ ਦਾ ਕਿ ਅਸੀਂ ਤਾਂ ਇੰਨਾ ਪੂਰਾ PL 480 ਦੇ ਅੰਡਰ ਅੰਨ ਨੂੰ ਹਾੜੇ ਕੱਢਦਾ ਫਿਰਦਾ ਸੀ ਭਾਰਤ, ਅਸੀਂ ਉਹ ਅੰਨ ਦੀ ਮੰਗ ਪੂਰੀ ਕਰੀ, ਆਪਦੀ ਜ਼ਮੀਨ ਖਰਾਬ ਕਰ ਲਈ, ਆਪਦੀ ਖਰਾਬ ਕਰ ਲਈ, ਆਪਦੀ ਮਿੱਟੀ ਖਰਾਬ ਕਰ ਲਈ, ਆਪਦਾ ਪਾਣੀ ਖਰਾਬ ਕਰ ਲਿਆ, ਆਪਦੀ ਹਵਾ ਖਰਾਬ ਕਰ ਲਈ, ਆਪਦਾ ਅਰਥਚਾਰਾ ਖਰਾਬ ਕਰ ਲਿਆ, ਪਰ ਅਸੀਂ ਇਹਨਾਂ ਦੀ ਇਹਨਾਂ ਦਾ ਸਿਰ ਨਹੀਂ ਨੀਵਾਂ ਹੋਣ ਦਿੱਤਾ ਭਾਰਤ ਦਾ। ਅੱਜ ਭਾਰਤ ਸਾਡੀ ਗਰਦਨ ਨਾਲ ਉਹਨੂੰ ਫਿਰਦਾ, ਇਹਦੇ ਵਿੱਚ ਅਸੀਂ ਟੋਲਰੇਟ ਨਹੀਂ ਕਰ ਸਕਦੇ। ਇਹ ਪਾਰਟੀਆਂ ਜਿਹੜੀਆਂ ਨੇ ਇਹ 2022 ਦੀ ਚੋਣ ਦੇ ਆਲੇ ਦੁਆਲੇ ਡੱਡੂਆਂ ਦੀ ਪੰਸਰੀ ਤਰ੍ਹਾਂ ਇਕੱਠੀਆਂ ਹੋਈਆਂ ਹੋਈਆਂ ਨੇ, ਭਰਿੰਡ ਜਿਵੇਂ ਗੁੜ ਤੇ ਭਰਿੰਡ ਆ ਜਾਂਦੀਆਂ ਨਾ ਮੱਖੀਆਂ, ਇਹ ਗੁੜ ਦੀ ਤਰ੍ਹਾਂ ਆਈਆਂ ਹੋਈਆਂ ਨੇ। ਇਹ ਜੇ 2022 ਨੂੰ ਛੱਡ ਕੇ ਜੇ ਇਹਨਾਂ ਦਾ ਸੱਚੀ ਪੰਜਾਬ ਨਾਲ ਕੋਈ ਹਿੱਤ ਹੈ, ਇਹਨਾਂ ਨੂੰ ਅੱਜ ਫੈਡਰਲਿਜ਼ਮ ਦੀ ਲੜਾਈ ਲੜਨੀ ਚਾਹੀਦੀ ਹੈ। ਇਹ ਬਿੱਲ ਪਾਸ ਹੀ ਤਾਂ ਹੋਏ ਨੇ ਕਿ ਹਿੰਦੁਸਤਾਨ ਦਾ ਫੈਡਰਲਿਜ਼ਮ ਟੁੱਟਿਆ ਹੋਇਆ ਜੀ। ਡਾਕਟਰ ਸਾਹਿਬ, ਜਿੱਥੇ ਹੁਣ BJP ਨੇ ਇੰਨੇ ਵਿਰੋਧ ਦੇ ਵਿੱਚ ਇਹ ਐਲਾਨ ਕਰ ਦਿੱਤਾ ਕਿ ਝੋਨੇ ਦੀ ਜਿਹੜੀ ਫਸਲ ਹੈ ਉਹਦੀ ਜਿਹੜੀ ਮੰਡੀਕਰਨ ਉਹਦਾ ਕੀਤਾ ਜਾ ਰਿਹਾ ਹੈ ਕਿ ਉਹ ਫਸਲ ਖਰੀਦੀ ਜਾ ਰਹੀ ਹੈ, ਉਹਦੀ ਖਰੀਦਦਾਰੀ ਕਰ ਦਿੱਤੀ, ਹਾਲਾਂਕਿ ਕੁਝ ਸਮਾਂ ਪਹਿਲਾਂ ਹੀ ਇਹਨਾਂ ਨੇ ਇਹ ਐਲਾਨ ਕਰ ਦਿੱਤਾ। ਇਸ ਚੀਜ਼ ਨੂੰ ਤੁਸੀਂ ਕਿਸ ਅੰਦਾਜ਼ ਨਾਲ ਦੇਖਦੇ ਹੋ ਕਿ BJP ਦੀ ਇਹਦੇ 'ਚ ਕੀ ਚਾਲ ਹੋ ਸਕਦੀ? ਦੇਖੋ, BJP ਦੀ ਸਿੱਧੀ ਚਾਲ ਸੀਗੀ ਵੀ ਅਸੀਂ ਜੀ ਪਹਿਲਾਂ ਇੱਥੇ ਕਿਸਾਨ ਦਾ ਜਿਹੜਾ ਅੰਦੋਲਨ ਉਹ ਮੰਡੀ ਵੱਲ ਨੂੰ ਤੁਰ ਕੇ ਵੇਚਣ ਜੀ, ਕਿਸਾਨ ਨੇ ਵੇਚਣ ਤਾਂ ਜਾਣਾ ਹੀ ਹੈ, ਉਹ ਕਿਸਾਨ ਉਦੋਂ ਤਿੱਖਾ ਨਿਕਲਿਆ, ਉਹ ਆਪਸੀ ਚ ਰਲ ਕੇ ਮੰਡੀ ਵਿੱਚ ਭੇਜ ਦੇਣਗੇ ਮਾਲ, ਅਤੇ ਐਜੀਟੇਸ਼ਨ ਵੀ ਕਰੀ ਜਾ ਰਹੇ ਨੇ। ਇੱਕ AMC, ਦੂਜਾ ਇਹ ਦਿਖਾਉਣਾ ਸੀ ਵੀ ਦੇਖੋ ਅਸੀਂ ਤਾਂ ਤੁਹਾਡੀ MSP ਤਾਂ ਖਤਮ ਹੀ ਨਹੀਂ ਹੋਈ, ਭਾਵੇਂ ਕੋਈ ਲਿਖੀ ਨਹੀਂ ਕੋਈ, ਇੱਥੇ ਕਹਿਤਾ ਵੀ ਇਹ ਤਾਂ ਖਤਮ ਹੀ ਨਹੀਂ ਹੋਈ, ਆਹ ਦੇਖ ਲਓ ਅਸੀਂ ਤਾਂ ਖਰੀਦਣ ਨੂੰ ਤਿਆਰ ਹਾਂ ਜੀ, ਨਾਲੇ ਖਰੀਦਣਗੇ ਵੀ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਜਦ ਕੋਈ ਕਾਨੂੰਨ ਬਣਦਾ ਹੈ ਉਹ ਐਂ ਨਹੀਂ ਵੀ ਇਨ ਬਿਨ ਉਸੇ ਦਿਨ ਲਾਗੂ ਹੋ ਜਾਂਦਾ, ਹੁਣ ਨੂੰ ਟਾਈਮ ਲੱਗਦਾ, ਉਹਨੇ ਚਿਰਚੇ ਲੋਕਾਂ ਨੂੰ ਕੱਢੇ ਕੱਢੇ ਕਰਕੇ ਪਾਟੋ ਧਾਟ ਕਰਕੇ ਹੋਰ ਕਰਕੇ ਉਹਨੂੰ ਖਰੀਦ ਲੈਣਗੇ। ਅੱਜ BJP ਦਾ ਹਰ ਬੰਦਾ ਜਦ ਵੀ ਕਿਤੇ ਪ੍ਰਚਾਰ ਕਰਦਾ ਉਹ ਸੱਚੀ ਮੁੱਚੀ ਕਿਸੇ ਕੋਲੇ ਜਸਟੀਫਾਈ ਨਹੀਂ, ਆਪਦੀ ਜਿੱਦ ਜੋ ਮਰਜ਼ੀ ਕਰੀ ਜਾਵੇ। ਜਦ ਉਹਨੂੰ ਸਵਾਲ ਕਰਦੇ ਹਾਂ ਕਿ ਜਿੱਦੇ ਅੰਬਾਨੀ ਨੇ ਜਾਂ ਅਡਾਨੀ ਨੇ ਪੰਜਾਬ ਦੀ ਸਾਰੀ ਕਣਕ ਖਰੀਦ ਲਈ ਤੇ ਪ੍ਰਾਊਡ ਹੈ ਕਿ ਉਹ ਵੇਚੇ ਜਾਂ ਨਾ ਵੇਚੇ, ਉਸੇ ਪੰਜਾਬ ਨੂੰ ਕਣਕ ਦੀ ਲੋੜ ਹੈ, ਮਜ਼ਦੂਰ ਨੂੰ, ਉਹ ਕਹਿੰਦਾ ਮੈਂ ਨਹੀਂ ਵੇਚਦਾ ਆਟਾ ਤੁਹਾਨੂੰ, ਕੀ ਕਰੂਗਾ ਪੰਜਾਬ ਕੋਲ ਕੋਈ ਅਧਿਕਾਰ ਨਹੀਂ, ਭਾਰਤ ਕੋਲ ਕੋਈ ਅਖਤਿਆਰ ਨਹੀਂ ਕਿ ਉਹਨੂੰ ਕਹੇ ਵੀ ਚੰਗਾ ਜਾ ਮੰਡੀ 'ਚ ਵੇਚ। ਅੱਜ ਐਸੈਂਸ਼ੀਅਲ ਕਮੋਡਿਟੀ ਦੇ ਅੰਦਰ ਸਾਡੇ ਕੋਲ ਪਾਵਰ ਸੀਗੀ ਕਿ ਅਸੀਂ ਉਹ ਕੰਮ ਤੁੜਵਾ ਸਕਦੇ ਸੀ, ਨਹੀਂ ਕਰ ਸਕਦੇ ਸੀ, ਉਹ ਖਤਮ ਕਰਤੀ ਸਰਕਾਰ ਨੇ ਅਧਿਕਾਰ ਇਹ ਅਮੈਂਡਮੈਂਟ ਦੇ ਨਾਲ। ਦੂਜਾ ਉਹ ਭਾਅ ਦੇ ਉੱਤੇ ਜਿਹੜਾ ਮਰਜ਼ੀ ਭਾਅ ਲਾਈ ਜਾਵੇ, ਅਸੀਂ ਸਰਕਾਰ ਭਾਅ ਦਾ ਕੰਟਰੋਲ ਉਦੋਂ ਕਰ ਸਕਦੇ ਜੇ ਕਾਲ ਪੈ ਜੇ ਜਾਂ ਕੋਈ ਐਮਰਜੈਂਸੀ ਹੋ ਜੇ, ਨਾ ਕੋਈ ਐਮਰਜੈਂਸੀ ਹੋਵੇ ਨਾ ਕਾਲ ਪਵੇ, ਕਹਿੰਦਾ ਮੈਂ ਨਹੀਂ ਦਿੰਦਾ ਜੀ, ਮੈਂ ਤਾਂ ਤਿਗਣੇ ਭਾਅ 'ਤੇ ਦਊਂਗਾ, ਉਹਨੂੰ ਕਿਵੇਂ ਰੋਕੋਗੇ ਤੁਸੀਂ ਦੁੱਗਣੇ ਭਾਅ 'ਤੇ? ਸੋ ਇਸ ਕਰਕੇ ਤੁਸੀਂ ਉਹਨੂੰ ਭਾਅ ਵੀ ਉਹਨੂੰ ਦੇਤਾ ਉਹਦੀ ਮਰਜ਼ੀ ਦਾ, ਤੁਸੀਂ ਉਹਨੂੰ ਸਟੋਕ ਕਰਨਾ ਵੀ ਉਹਦੀ ਮਰਜ਼ੀ ਦਾ ਦੇਤਾ, ਉਹ ਮਿੰਟ ਕਿਸੇ ਮਰਜ਼ੀ ਜਾ ਕੇ ਕਰੇ, ਉਹ ਸਾਡੀਆਂ ਸਾਰੀਆਂ ਚੱਕੀਆਂ ਆਟੇ ਦੀਆਂ, ਸਾਡੇ ਸੈਲਰ ਛੋਟੀ ਛੋਟੀ ਚੱਕੀ, ਤੁਹਾਨੂੰ ਪਤਾ ਸਾਰੇ ਸ਼ਹਿਰਾਂ 'ਚ ਹੀ ਨੇ ਉਹ ਸਾਰੇ, ਬਿਲਕੁਲ। ਸੋ ਇਸ ਕਰਕੇ ਉਹ ਜਿਹੜਾ ਸਾਡੀਆਂ ਮੰਡੀਆਂ ਤੋੜਨਾ ਸਾਰੇ ਦਾ ਸਾਰਾ, ਇਹ ਲੋਕਾਂ ਨੂੰ ਭੁਲੇਖਾ ਹੈ, ਇਹ ਹਰੇਕ ਬੰਦਾ ਕੰਜ਼ੂਮਰ ਇਹ 'ਚ ਸਫ਼ਰ ਕਰੇਗਾ, ਮੁਲਾਜ਼ਮ ਇਹ 'ਚ ਸਫ਼ਰ ਕਰੇਗਾ, ਰੇਹੜੀ ਰਿਕਸ਼ਾ ਵਾਲਾ ਇਹ ਸਫ਼ਰ ਕਰੇਗਾ, ਟਰਾਂਸਪੋਰਟ ਕਰਨ ਵਾਲਾ ਜਿਹੜਾ ਰੇਹੜਾ ਚਲਾਉਂਦਾ ਹੈ, ਜਿਹੜਾ ਛੋਟਾ ਵੱਡਾ ਚਿੱਟਾ ਹਾਥੀ ਚਲਾਉਂਦਾ ਹੈ, ਜਿਹੜਾ ਛੋਟਾ ਟਰੱਕ ਚਲਾਉਂਦਾ ਹੈ, ਜਿਹੜਾ ਐਵਰੇਜ ਟਰੱਕ ਜਿਹੜੇ ਆਮ ਟਰੱਕ ਆਪਣੇ ਹੁੰਦੇ ਸੀ ਉਹ ਚਲਾਉਂਦਾ, ਕਿਉਂਕਿ ਟਰਾਲੇ ਚੱਕਣਗੇ ਇਹ, ਇੱਥੇ ਪੱਲੇਦਾਰ, ਇੱਥੇ ਭਰਾਈ ਵਾਲੇ, ਇੱਥੇ ਲਦਾਈ ਵਾਲੇ, ਇੱਥੇ ਸਾਰੇ ਬੋਰੀਆਂ ਸੀਨ ਵਾਲੇ, ਇੱਥੇ ਤੋਲੇ, ਇੱਥੇ ਮਨੀਮ, ਇੱਥੇ ਛੋਟੇ ਵਪਾਰੀ, ਛੋਟੇ ਦੁਕਾਨਦਾਰ, ਇਹ ਸਭ ਜਾਣਗੇ। ਇਹ ਕੰਜ਼ਿਊਮਰ ਨੂੰ ਰੇਟ ਬਹੁਤ ਮਹਿੰਗਾ ਮਿਲੂ ਕਿਵੇਂ, ਉਹਦੀ ਮੈਂ ਦਿੰਦਾ ਜਿਹੜੀਆਂ ਜ਼ਰੂਰੀ ਵਸਤਾਂ ਦੇ ਕਾਨੂੰਨ 'ਚ ਬਦਲਾਅ ਕਰੇ, ਜਿਹਦੇ 'ਤੇ ਗੱਲ ਹੀ ਨਹੀਂ ਕਰਦੇ ਜੀ, ਚੁੱਪ ਰਹਿੰਦੇ ਨੇ, ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਵੀ ਇਹ ਉਹ ਜ਼ਰੂਰੀ ਵਸਤਾਂ ਦੇ ਵਿੱਚ ਅਨਾਜ, ਤੇਲ, ਹੈ ਜੀ, ਖਾਣ ਫਲ, ਸਬਜ਼ੀਆਂ, ਇਹ ਸਾਰਾ ਕੁਛ, ਆਲੂ, ਪਿਆਜ਼, ਗੰਢੇ, ਅਤੇ ਇਹ ਸਾਰੇ ਕੁਛ ਦੇ ਉੱਤੇ ਦਾਲਾਂ, ਉਹਨਾਂ ਦੇ ਉੱਤੇ ਪਹਿਲਾਂ ਸੀਗਾ ਕਿ ਤੁਸੀਂ ਜਮ੍ਹਾਂਖੋਰੀ ਨਹੀਂ ਕਰ ਸਕਦੇ, ਬਿਲਕੁਲ ਜਮ੍ਹਾਂਖੋਰੀ ਹਟਾਤੀ, ਉਹਨੇ ਸਾਰੀ ਜਮ੍ਹਾਂਖੋਰੀ ਕਰ ਲਈ। ਅੱਜ ਅੰਬਾਨੀਆਂ, ਅਡਾਨੀਆਂ ਕੋਲੇ, ਕਾਰਪੋਰੇਟ ਕੋਲੇ ਏਡੀ ਵੱਡੀ ਤਾਕਤ ਹੈ ਕਿ ਪੂਰੇ ਹਿੰਦੁਸਤਾਨ ਦਾ ਮਾਲ ਖਰੀਦ ਸਕਦੇ ਨੇ ਉਹ ਜੀ, ਬੜਾ ਕਰਕੇ ਮੈਂ
बचपन के व्यापारी रहा मैं भी जब मैं दूजे फेल करना है मैं एक बार सारा खरीदूंगा एक बार मुफ्त भी दे दूं लोगों भी दूजे जो छोटे छोटे ने वो खदेड़े जाएंगे राजा मैं जो मर्जी करा मैदान डॉक्टर साहब इतने जियो की एग्जाम्पल दी जा सकती है जरा अंबानी साहब ने सब तो पहले हिंदुस्तानिया जियो फोन जोड़ा दिता से फ्री दिता से डाटा वो और अज जो उन्होंने मोनोपली हो चुकी एक तरह के नाल बाकी सारी कंपनियों फेल करके और अज वो अपने मन चाहे रेट के उत्ते गाहकों को बेच रहे एग्जैक्टली एग्जैक्टली जियो ने एग्जैक्टली यही करे की पावर कर ली बी एस एन एल जो माड़ा मोटा बचा से बचाने वास्ते तुर पाया मैं जी कलोनी च रह रहा किराए के मकान च इस दे विच जियो दियां पाइपां उह पट पुट के पा गए कई बंदे विच गिर के सट्टां खा गए जी उहनूं कोई चिंता नहीं उह कंपनी सोसाइटी वाले ने ठेका ठुका देता होना बॉदर करिया नहीं उह जियो दियां लाइनां पट पट के पा गया ते लोग जियो दे बड़े मस्त होए होए सी बिल्कुल आपां नूं पता लगदा ही है जो पहला मुफ्त फिर थोड़ा पैसे फिर जा जी छोटी जिही उदाहरण दिंदा इस दी जी डॉक्टर साहब जिहड़े लोगां नूं समझ नहीं आउंदी जिवें मैं देखदा सी भी ये बंदा यार सरदार ना मेरे थले लग नहीं रहा मैं तो कर्जा कुर्जा लै नहीं रहा जी फसल बेचता जी मैं देखदा भी अच्छा ये मुंडा ना डंगर आपे चार दे होंदा सरदार है देख तू एडा वड्डा सरदार है अज पढ़न का जमाना है तू मुंडे नू पाली का कम करा रहे हैं वो कहना करिए कि जी लाला जी पैसे नहीं है चलो बंदा घर का कम छे सरदार है पैसों की गल है आ लै 100 रुपया मैं तेन इतनी बिना ब्याज दे दिना पाली वो कहना जी मैं किताबा भी अपने पप्पू दिताबा पे लै जा मुफ्ती लै जा पढ़न लाता बिल्कुल पढ़न लाता अगले साल क्या तू अद्धा ब्याज लू साल क्या पूरा ब्याज उदू अगले साल तू बाकी दुगना लेना शुरू करता उन्होंने पता लग गया भी बच्चा दसवीं कर गया नौकरी नुकरी मिली नहीं खेती जोगा रहा नहीं भी इन्हें मैंने पटता लाले ने दरवाजे जाके लोगों को कहना भी देखो लाले ने मैंने पटता मैं लंघिया जाना मैं कहना देखो जुर्म साई का यदा मुंडा डंगर चारदा सी बिना ब्याज पैसा दिता एक साल अद्धा ब्याज लिया किताबा मुफ्त दिखाई दसवीं कर गया तस्वीर वर्गा मुंडा हो गया मिट्टी ना मिट्टी होंगे अज इन्हें नौकरी नहीं मिली यदि किस्मत दसो मेरा की कसूर है लोगों ने हाँ तेरा कोई कसूर नहीं जबकि मैं ही उन्होंने टोए सुटिया ये एक तौर तरीका है लोगों को लालच च लैके आना पैना बिल्कुल फिर उसको खराब करना ये व्यापार का नोन तरीका दुनिया च अच्छा डॉक्टर साहब जिहड़ा इत्थे एक आम किसान है जेकर देखा जाए तो वैसे तो आप कहने कि लोगों की ही शक्ति है लोग जो इकट्ठे होंगे ने सारा कुछ तख्ता पलट हो जाता है लेकिन एक आम इंसान जिहड़ा एक आम किसान की आप गल करते हैं जो धरने पर बैठता तो उन्होंने कोई ना कोई लीडर जिहड़ा जरूर चाहिए और राजनीतिक पार्टियां असी देखा कि अक्सर अपना उल्लू सीधा करदियां ने की लगता थानू कि इस वक्त जो पंजाब की राजनीतिक स्थिति है वो बीजेपी ने एडा वड्डा दा खेडिया कि अकालियों के नाल जिहड़ा गठजोड़ है वो भी परवाह नहीं की आखिरकार की थानू लगता कि पार्टियां की आपस में पहले कोई मिली भुगत सी क्योंकि देखा जाए तो इस सीन के सारिया पार्टियां शामिल होंदिया ने बीजेपी का भी वो रोल तो है ही है वड्डा अकाली दल का भी रोल आ रहा है सामने आ रहा है बाद चाहे उन्होंने कोशिश जरूर की कि इन सुधार किया जाए और कांग्रेस का भी आ रहा है की लगता है कि सिर्फ लोगों मूर्ख बनाने की एक प्रक्रिया तो नहीं सी किधर सारी जितों तक सवाल है भी जिहड़ियां पार्टियां ने डेफिनेटली मूर्ख बनाने की कोशिश कर रही ने जी पर जरूर कहांगा कि 2022 नूं ध्यान च भी रख रही ने थोड़ा कहना कर भी रही ने जे मैं कहां भी टोटली मूर्ख बनाउंदियां ने तो मैं लगता ज्यादती होई उहना जे भावे कहना जी असीं तां जी बड़ी कुरबानी करी बल्कि इन्होंने इन्होंने कुरबानी करनी नहीं आई हरसिमरत बादल जी गए मोदी साहब नूं मिलन वह मिले नहीं इहनूं उन्होंने कहा भी जे पी नड्डा नूं मिलो जे पी नड्डा नूं कहा भी जे तुसीं ना अमेंडमेंट्स करियां मैनूं रिजाइन करना पऊ जे पी नड्डा ने 5 मिनट बाद कहता भी वह तो तुहाडी मर्जी है ये तो असीं बनाना ही है आ गए दोबारा PM कोल गए अंदर नहीं जान दिते गए गह जी अस्तीफा फड़ा के आए दस्ता भी अस्तीफा देना इन्होंने पता होना ही नहीं जिस केंद्रीय मंत्री ने इन्नी सियासत नहीं पता भी मैं इन्होंने ऑर्डिनेंस के खिलाफ अस्तीफा घरों अस्तीफा भेज दी कोठियों आपदे ब्याह अस्तीफा मैं नहीं आँदी तुहाडे कोल ओह बनाउंदे कहिंदे कोड़े थानी मर्द मकानी दूना मुल पाउंदे ने जी ये बिच बाजारे बिकने जाते कौडी कौडी से होंगे ने यह बिच बाजार बिकन चले गए तुम अड़ी ना रहो जे थोड़ी पार्टी है वो हिस्टरी है पंजाब इन कुरबानिया हुई ने पंजाब के वास्ते लड़े हो थो तो गलतियां हो गया मान लिया पर तुम हूँ तो अणखना छड़ दो तुम कश्मीर वेले नहीं बोले शहीन बाग वेले नहीं बोले अज तो अणख नाल छो इन्हें अणख नाल नहीं छड़िया इस करके गलती है हूँ जो मर्जी कही जान पर फिर भी जे छड़िया तो माड़ी गल नहीं है चाहे वह सुप्रीम कोर्ट जाए चाहे इतने विधायक लिया हूं की करने जी माड़ी गल है
एक दूजे कहें तू आए कर उन्होंने कहें तू ये सारे कट्ठे क्यों नहीं होंगे भी इस इशू के उत्ते चोण आप लड़ लाँगे जिहड़ा इस इशू से चंगा काम कर जो आपे लोगों को पता लग जू तुम मिल के इस लड़ाई तो लड़ो भी देखो ये थोड़ू कानून तो वापस लेने पैने ने आप लागू नहीं होते हैं देखी जाओ जो होंगे ठीक है जी फिर फैडरेशन भी कानून तो टुटे ने साड़ी पंजाबी भाषा साड़ा पंजाबी सभ्याचार साड़ा पानी साड़ी धरती साडे इलाके ये सारा कुछ ही तुम खराब करता तो साडे टैक्स जिहड़ा माड़ा मोटा रहिंदे सी वह भी खोण में चलो असं जीवांगे किवें साडी तां जेल खाली करे हो तुसीं डॉक्टर साहब मैं तुहानूं इत्थे ये जानना चाहवांगा कि की पंजाब कुछ इहो जिहा कर सकदा पंजाब सरकार कुछ इहो जिहा कर सकदी है कि ये बिल जिहड़े इत्थे लागू ही ना कीते जा देखो जद ये संविधानक पोजिशन कुछ इस तरह की है कि जे कोई कानून भारत सरकार बना दे तो लागू करना जरूरी होंगे पर उन्होंने चैलेंज कराया जा सकता होंगे पहली गलता सुप्रीम कोर्ट चो जी कानून जी भी पार्टी कोई भी राज्य सरकार लिखा है संविधान से लिखा है कर सकते कि जी साडे हित च नहीं है एक टेंस है उन्होंने हित च ना अप्रूव करने वास्ते एक होर वड्डी गल शायद तुसीं जरूर सुनी होएगी पंजाब दीआं ग्राम सभावां रेजोल्यूशन पास कर रहीआं ने जी किन्नी रोज फोन आउंदे ने कि जी उहदी वर्डिंग दस दो किवें करिए आपे मैं नहीं कहिंदा उहनां नूं मेरा फोन आपे लभ के करदे ने उहदे विच ग्राम सभा संविधानक संस्था आर्टिकल 243 दे अंडर जी हुण 243 संस्थावां दी टक्कर होगी एक पार्लीमेंट भी लोग सभा ते राज सभा भी संविधानक संस्था एक ग्राम सभा भी संविधानक संस्था वो पिंड दी पार्लीमेंट है हुण 12-13 हज़ार पिंडां दी पार्लीमेंट दी एक भारत दी पार्लीमेंट नाल टक्कर है जी तो कुछ करूंगा ना दोनों संविधान करे वो कहने सानू मंजूर नहीं कहने मंजूर है किते तो जाके होगा ना जो चुप्पी कर देंगे फिर तो कुछ नहीं होना सी सो एक संभावना हैगी है पंजाब को जिहड़ा कहिंदे वी इहनूं यार्ड डिकलेयर कर दो सारे अकाली कि तुसीं उत्थे यार्ड डिकलेयर कर दो यार्ड डिकलेयर करन च टैक्नीकलिटी एक गलत है जिहड़ी कहिंदे ने यार्ड डिकलेयर करिया जा सकदा उस कानून दे मुताबिक तां पर वो कानून जद बन गया उदू बाद जे कोई यार्ड डिकलेयर करदा है तां उहनूं लीगल नहीं मन्निया जांदा जी कहिंदे असीं करता जद आपां ज़्यादा अगले रौला पाउंदे ने तुसीं कहो जी चंगा असीं करता तुसीं वध तों वध सुप्रीम कोर्ट नूं कह दो वी नहीं कर सकदे भारत सरकार तां नहीं ना कह सकदी दसन भी असीं इस करके करे जी असीं पहले विरोध करदे सी जब असीं पहले ना करते सी नहीं मन्ने इन्होंने कानून बनाता सी आखिया असीं आपदा जार्ड डिकलेयर करता है इन्हें लिखा भी जिहड़ा जार्ड है उहदे चों व्यापार इस तरह का हो नहीं सकता जिद्दां दा करना चाहुंदे ने सो इस करके कुछ गल्लां ऐसियां ने जिन्हां ते इन्हां नूं कट्ठे रहि करके आपदे मतभेद रखन आपदी आपदी ताकत भी वधाउण आपदी आपदी रेहड़ियां भी करन मैनूं कोई प्रॉब्लम नहीं है क्योंकि पोलीटिकल पार्टियां ने आफ्टर साडा मुल्क तां पोलीटिकल पार्टियां नाल ही चलदा जी 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 हुण पंजाब दे हितां नूं ते पंजाब दी एकता नूं गहने नहीं रखना चाहीदा जी जाते जाते आखिरी सवाल डॉक्टर साहब थोड़े तो आने वाले जो भविख के किस नज़र न देखते हो जो इस वक्त मौजूदा स्थिति है की सोचते हो कि किस करवट ऊंट बैठेगा देखो जी मैनू तो यह बहुत ही अच्छी लगती है सच्ची गल दसा जी पंजाब दे विच पहली बारी औरतां मर्द किसान व्यापारी डॉक्टर इंजीनियर प्रोफेसर ये सारे एक सिमती दे विच आए ने सारिया पोलीटिकल पार्टियां इदां दा सिचुएशन जिद्दां दा नवां पंजाब बनिया उदों दी कदे आई नहीं एक सैक्शन दी हुंदी सी दूजी सैक्शन दी हुंदी अज उह पंजाब इकट्ठा होया और पंजाब ही नहीं इकट्ठा होया पंजाब इक धुरा बन गया पूरे मुल्क दी एजिटेशन दा सो मैं लगदा इह पूरे मुल्क वास्ते पंजाब वास्ते भी पूरे मुल्क वास्ते भी इह कानूनां दा की हुंदा इह तां समां दस्सेगा पर एक डेमोक्रेटिक मूवमेंट वास्ते इंसान दी अणख वास्ते पंजाबियां दी अणख वास्ते मैनूं इह ठीक लगदा है भी लोग उठे तां सही ना जी करना जरूर मैं परसों एड्रेस करन गया बुलाया सी उन्होंने मैनूं सुहाने गुरुद्वारे तो लैके चंडीगढ़ की बॉर्डर तक आया मैं किसी बच्चे नूं नहीं देखा नौजवान से सारे किसी ने नहीं देखा भी किसी का स्कूटर धक्ता हो किसी कार वाले इधर करता हो शांत में जलूस है नारे भी लाते जाते हैं डिसिप्लिन भी आ रहे हैं जिथे पुलिस ने आख्या भी इस तो अगे ना जाए उत्थे नहीं गए आपका मैं देता तो उत्थे बोले ने बड़े वधिया बोले ने सो मैनू ए लगता है भी यह एक नवा आगाज शायद पंजाब जिले भी तो जी नशेड़ी ने यह तो जी अतवादी ने जी ये तो लोगों मार के राजी ने पंजाब ने खास करके सिखा ने यह सबूत देने की कोशिश करती भी असं माड़े बंदे नहीं अस तो बहुत उपरे बंदे हाँ असं बड़े इंसान हाँ चंगे जी और मेरे ख्याल दे नाल बाकी लोग शायद ये भुल गए ने पंजाब तो जड़े बाहरले सूबे वाले लोग शायद ये भुल गए ने कि पंजाबियों नू चाहे बदनाम किया जाए नशेड़ी कह के चाहे उन्होंने कुछ होर किया जाए यहोजा असल दे विच पंजाब
और पंजाब के लोग ही इनकलाबी ने और इनकलाब की जिहड़ी शुरुआत है वह पंजाब तो हुई है। चाहे असी देखिए तो आज़ादी के जिन्हें भी जुझारू होए ने वह भी पंजाब की धरती तो पैदा हुए हैं और यह जिहड़ी धरती है इन्हें पूरे हिंदुस्तान की हमेशा रक्षा की है। और डॉक्टर साहब तुहाडा बहुत बहुत धन्यवाद, तुसीं बहुत ही विस्तारपूर्वक साढ़े दर्शकों को जानकारी दी, इन्हां तिन्नां बिलों के बारे भी दस्या और आने वाले भविख के और किस तरह के नाल ये जंग जी लड़ी जा सकती है, बल्कि लड़ी नहीं जा सकती जीती भी जा सकती है वो बारे भी तुसीं चानना पाया। असीं तुहाडा बहुत बहुत धन्यवाद करते हैं। शुक्रिया जी। उम्मीद करता हाँ कि साडे दर्शकों भी अज की विचार चर्चा जरूर पसंद आई होएगी और असी उम्मीद ये भी करते हैं कि पंजाब आने वाले दिनों के होर तरक्की ते उत्साह दे नाल अगे वधेगा और इहो जे जिहड़े बिल ने वह भी इहदे तरक्की दे राह दे विच रोड़ा नहीं बन सकनगे। इस दे नाल ही अज की पंजाब चर्चा नूं असी इत्थे खत्म करते हैं। तुहाडा बहुत बहुत धन्यवाद। सो ये सन डॉक्टर प्यारा लाल गर्ग जिन्हां ने इस विषय के उत्ते बहुत ही विस्तारपूर्वक जानकारी सानूं दित्ती। असीं उम्मीद करते हैं कि साडे दर्शकों नूं भी ये जानकारी जरूर पसंद आई होएगी और इस तरह के होर मुद्दों के उत्ते पंजाब चर्चा प्रोग्राम के तुहाडे नाल फिर विचारां सांझियां करते रहांगे। तद तक दे लई सानूं दिओ इजाजत, तुसीं वेखते रहो पंजाब मिल टीवी। धन्यवाद।